ਤਾਜੇ ਤਾਜੇ ਬੈਂਕ ਚੋਂ ਕਢਵਾਏ ਸੀ ਲੱਖਾਂ ਰੁਪਏ ਤਾਂ ਲੜਕੀ ਦੇ ਹੱਥੋਂ ਸਾਰੇ ਪੈਸੇ ਖੋ ਕੇ ਭੱਜ ਗਏ ਲੁਟੇਰੇ। ਤਾਂ ਦੱਸਦੇ ਕਿ ਵੱਡੀ ਵਾਰਦਾਤ ਹੋਈ ਹੈ ਜਿੱਥੇ ਬਾਈਕ ਸਵਾਰ ਲੁਟੇਰਿਆਂ ਦੇ ਵੱਲੋਂ ਲੜਕੀ ਦੇ ਹੱਥੋਂ ਪੈਸਿਆਂ ਵਾਲਾ ਬੈਗ ਖੋਇਆ ਗਿਆ ਜਿਸ ਦੇ ਵਿੱਚ ਲੱਖਾਂ ਰੁਪਏ ਸੀ। ਤਾਂ ਇਹ ਬੈਗ ਖੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਅਤੇ ਕਿਸੇ ਦੇ ਵੀ ਹੱਥ ਨਹੀਂ ਲੱਗਦੇ। ਜਿਸ ਤੋਂ ਬਾਅਦ ਲੜਕੀ ਅਤੇ ਇਸਦੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਤਾਂ ਪੁਲਿਸ ਨੂੰ ਵੀ ਇਸ ਸੰਬੰਧੀ ਸੂਚਿਤ ਕੀਤਾ ਗਿਆ। ਤਾਂ ਪੁਲਿਸ ਹੁਣ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ ਹੈ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕੁਲਵਿੰਦ ਸਿੰਘ ਨੇ ਦੱਸਿਆ ਕਿ ਉਹ ਬੈਂਕ ਦੇ ਵਿੱਚੋਂ 1,60,000 ਰੁਪਏ ਕਢਵਾ ਕੇ ਲਿਆਏ ਸੀ। ਤਾਂ ਇਹ ਪੈਸਿਆਂ ਵਾਲਾ ਬੈਗ ਉਹਨਾਂ ਦੀ ਲੜਕੀ ਦੇ ਕੋਲ ਸੀ। ਤਾਂ ਜਿਵੇਂ ਹੀ ਉਹ ਆਪਣੇ ਪਰਿਵਾਰ ਨੂੰ ਕੱਪੜਿਆਂ ਦੀ ਦੁਕਾਨ 'ਤੇ ਖੜਾ ਕੇ ਇੱਕ ਮੈਡੀਕਲ ਸਟੋਰ ਦੇ ਕੋਲ ਜਾਂਦੇ ਨੇ ਤਾਂ ਇਹਨੇ ਨੂੰ ਬਾਈਕ ਸਵਾਰ ਦੋ ਨੌਜਵਾਨ ਆਉਂਦੇ ਨੇ ਤਾਂ ਇਹਨਾਂ ਦੇ ਵੱਲੋਂ ਲੜਕੀ ਤੋਂ ਪੈਸਿਆਂ ਵਾਲਾ ਬੈਗ ਖੋਲਿਆ ਜਾਂਦਾ ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਇਹਨਾਂ ਨੂੰ ਫੜਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਕਿਸੇ ਦੇ ਵੀ ਹੱਥ ਨਹੀਂ ਆਉਂਦੇ। ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਇਹਨਾਂ ਲੁਟੇਰਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਤਾਂ ਦੱਸਦੇ ਕਿ ਲਗਾਤਾਰ ਲੁੱਟਾਂ ਖੋਹਾਂ ਵੱਧਦੀਆਂ ਜਾ ਰਹੀਆਂ ਨੇ ਜਿੱਥੇ ਇਹਨਾਂ ਦੇ ਵੱਲੋਂ ਇੱਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਪਰਿਵਾਰ ਹਲੇ ਤਾਜ਼ੇ ਤਾਜ਼ੇ ਬੈਂਕ ਦੇ ਵਿੱਚੋਂ ਪੈਸੇ ਕਢਵਾ ਕੇ ਲਿਆਉਂਦੇ ਨੇ। ਤਾਂ ਇਹਨਾਂ ਨੂੰ ਲੁਟੇਰਿਆਂ ਨੇ ਮੌਕਾ ਵੇਖ ਕੇ ਇੱਕ ਲੜਕੀ ਤੋਂ ਉਹ ਪੈਸਿਆਂ ਵਾਲਾ ਬੈਗ ਹੀ ਖੋਹ ਲੈਂਦੇ ਨੇ ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਹੁਣ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਤਾਂ ਪੁਲਿਸ ਹੁਣ CCTV ਖੰਗਾਲ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਲੁਟੇਰਿਆਂ ਦੀ ਪਹਿਚਾਣ ਕੀਤੀ ਜਾ ਸਕੇ ਤਾਂ ਜੋ ਜਲਦ ਤੋਂ ਜਲਦ ਇਹਨਾਂ ਦੀ ਗ੍ਰਿਫਤਾਰੀ ਹੋ ਸਕੇ। ਕੀ ਨਾਮ ਕੀ ਤੁਹਾਡਾ? ਬਲਵਿੰਦਰ ਕੌਰ। ਕਿਹੜਾ ਪਿੰਡ? ਕਿਹੜਾ ਜੀ? ਹਜ਼ਾਰਾ ਸਿੰਘ ਵਾਲਾ। ਕੀ ਹੈ ਜੀ ਅੱਜ? ਅਸੀਂ ਜਿਹੜੇ ਅਸੀਂ ਲਿਗੜੇ ਲੈਣੇ ਤੇ ਆਏ ਸੀ ਬੈਂਕ 'ਚ ਪਹਿਲਾਂ ਪੈਸੇ ਕਢਾ ਕੇ ਅਤੇ ਇੱਥੇ ਲਿਗੜੇ ਲੈਣ ਲੱਗ ਗਏ। ਇੱਥੇ ਸਾਡੇ ਆ ਕੇ ਦੋ ਮੁੰਡੇ ਗਲ ਪੈ ਕੇ ਕੁੜੀ ਕੋਲ ਬੈਗ ਖੋਹ ਕੇ ਲੈ ਗਏ। ਅਤੇ ਕਿੰਨੀ ਕੁ ਰਕਮ ਸੀ ਤੁਹਾਡੇ ਕੋਲ? 1,60,000। ਅਤੇ ਕਿੰਨੇ ਜਣੇ ਸੀ? ਦੋ ਜਣੇ ਸੀਗੇ। ਅਤੇ ਉਹ ਵਾਰਦਾਤ ਹੋਈ ਕਿੱਥੇ ਤੁਹਾਡੇ ਨਾਲ? ਇਹ ਕੱਪੜਿਆਂ ਵਾਲੀ ਦੁਕਾਨ 'ਤੇ ਸਾਹਮਣੇ। ਪੈਸੇ ਕਢਾ ਕੇ ਲਿਆ ਤੇ ਕੁੜੀ ਨੂੰ ਬੈਗ ਫੜਾ ਬੈਠੇ ਆ ਤੇ ਅਸੀਂ ਮੈਡੀਕਲ ਦਵਾਈ ਲੈਣ ਗਏ ਆ ਤੇ ਉਦੋਂ ਬਾਅਦ ਚ ਦੁਕਾਨ ਚ ਗਏ ਨੇ ਕੱਪੜਿਆਂ ਦੀ ਦੁਕਾਨ ਚ ਬੈਠੇ ਸੀਗੇ ਗੁੜੀਆ ਕੋਲੋਂ ਬੈਗ ਖੋ ਕੇ ਦੋ ਭੱਜ ਗਏ। ਤੇ ਕਿੰਨੇ ਜਣੇ ਸੀ? ਦੋ ਜਣੇ ਸੀ। ਤੇ ਬਾਈਕ 'ਤੇ ਸਵਾਰ ਸੀ? ਹਾਂ, ਦੋ ਜਣੇ ਗਏ ਸੀ ਅਤੇ ਇੱਕ ਮੋਟਰਸਾਈਕਲ 'ਤੇ ਸਟਾਰਟ ਰੱਖਿਆ ਉਹਨਾਂ ਇੱਕ ਗੁੜੀਆ ਕੋਲ ਮੋਟਰਸਾਈਕਲ ਖੋ ਕੇ ਲਿਆ। ਅਤੇ ਲੁੱਟ ਹੋਈ ਕਿੱਥੇ ਆ? ਮੁਲਤਾਨੀ ਗੜੀ। ਮੁਲਤਾਨੀ? ਅਤੇ ਪੁਲਿਸ ਨੂੰ ਰਿਪੋਰਟ ਕਰਾ ਦਿਓ ਤੁਸੀਂ? ਹਾਂ, ਕਰਾ ਦਿੱਤੀ ਜੀ। ਅਤੇ ਹੁਣ ਮੰਗ ਕੀ ਕਰਦੇ ਜੀ? ਅਸੀਂ ਕਹਿੰਦੇ ਵੀ ਸਾਨੂੰ ਇਹ ਪੈਸੇ ਮਿਲਣੇ ਚਾਹੀਦੇ ਨੇ ਜੀ, ਜਿਸ ਤਰ੍ਹਾਂ ਮਰਜ਼ੀ ਲੱਭ ਜਾਣ। ਕੀ ਨਾਮ ਕੀ ਆ ਤੁਹਾਡਾ? ਮੇਰਾ ਨਾਮ ਕੁਲਵੰਤ ਸਿੰਘ ਜੀ। ਪਿੰਡ ਕਿਹੜਾ ਜੀ? ਚੁੱਗੇ ਹਜ਼ਾਰਾ।